ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਜੀ। ਅੱਜ ਦਾ ਦਿਨ ਅਸੀਂ ਜਿਹੜਾ ਮੁਖਤਸਰ ਕੀਤਾ 550th ਆਗਮਨ ਪੁਰਬ ਆਫ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਕੀਤਾ। ਅਸੀਂ ਇੱਥੇ 500 ਦਰਖਤ ਦੀ ਇਫਤਤਾਹੀ ਤਕਰੀਬ ਦੇ ਉੱਤੇ ਆਏ, ਜਿਹੜਾ ਕਿ ਰਾਏਪਲਾਰ ਪੱਟੀ ਜੀ ਦੇ ਵੰਸ਼ ਤੋਂ ਜਿਹੜੇ ਲੋਕ ਸਨ ਉਹਨਾਂ ਨੇ ਇਫਤਤਾਹੀ ਤਕਰੀਬ ਕੀਤੀ। ਫਿਰ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਲੰਚ ਦਿੱਤਾ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਹੁਣ ਅਸੀਂ ਗੁਰਦੁਆਰਾ ਸਾਹਿਬ ਮਾਲਜੀ ਸਾਹਿਬ 'ਤੇ ਥੋੜ੍ਹੀ ਦੇਰ ਪਹਿਲੇ ਅਸੀਂ ਤੁਹਾਨੂੰ ਲਾਈਵ ਹੋਏ ਸੀ। ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਪੰਜਵੀਂ ਪਾਤਸ਼ਾਹੀ ਔਰ ਛੇਵੀਂ ਪਾਤਸ਼ਾਹੀ। ਸਾਡੇ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਉਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਹੈ, ਔਰ ਇਸ ਪਾਸੇ ਅਗਰ ਤੁਸੀਂ ਦੇਖਦੇ ਹੋ ਤਾਂ ਗੁਰਦੁਆਰਾ ਤੁਹਾਨੂੰ ਪੰਜਵੀਂ ਪਾਤਸ਼ਾਹੀ। ਔਰ ਇੱਥੇ ਦਾ ਇਤਿਹਾਸ ਇਹੀ ਹੈ ਕਿ ਇੱਥੇ ਪੰਜਵੇਂ ਪਾਤਸ਼ਾਹ ਆ ਕੇ ਬੈਠੇ ਔਰ ਛੇਵੇਂ ਪਾਤਸ਼ਾਹ ਆ ਕੇ ਬੈਠੇ, ਔਰ ਜਿਵੇਂ ਛੇਵੇਂ ਪਾਤਸ਼ਾਹ ਨੇ ਇੱਥੇ ਆ ਕੇ ਆਪਣੇ ਘੋੜੇ ਨੂੰ ਜਿਹੜਾ ਸੀ ਉਹ ਬੰਨਿਆ ਸੀ। ਉਹ ਜਗ੍ਹਾ, ਉਹ ਮੁੱਢੀ, ਉਹ ਲੱਕੜ ਜਿਹੜੀ ਹੈ ਅੱਜ ਵੀ ਸੰਭਾਲ ਕੇ ਰੱਖੀ ਹੋਈ ਹੈ ਸੰਗਤਾਂ ਨੇ, ਔਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ, ਪਹਿਲੇ ਦਰਸ਼ਨ ਕਰਵਾਉਂਦੇ ਹਾਂ ਜੀ। ਪਹਿਲੇ ਹੈ ਗੁਰਦੁਆਰਾ ਪੰਜਵੀਂ ਪਾਤਸ਼ਾਹੀ, ਇੱਥੇ ਦਿਖਾਓ ਜੀ। ਉਰਦੂ ਦੇ ਵਿੱਚ ਲਿਖੇ ਹੋਏ ਜਿਹੜੇ ਵਰਡਿੰਗ ਨੇ ਉਹ ਦਿਖਾਓ। ਲਓ ਜੀ, ਇਹ ਹੈ ਜੀ ਇੱਥੇ ਦਾ ਇਤਿਹਾਸ, ਠੀਕ ਹੈ ਜੀ। ਔਰ ਕਿਉਂਕਿ ਕਹਿ ਲਵੋ ਤੁਸੀਂ ਕਿ ਇੱਥੇ ਸੰਗਤ ਥੋੜ੍ਹੀ ਹੈ ਔਰ ਗੁਰਦੁਆਰਾ ਸਾਹਿਬ ਦੀ ਤਾਦਾਦ ਜ਼ਿਆਦਾ ਹੈ, ਅਤੇ ਇਸ ਕਾਰਨ ਫਿਰ ਗੁਰਦੁਆਰਾ ਜਿਹੜਾ ਪਹਿਲੇ ਪਾਤਸ਼ਾਹੀ ਜਨਮ ਸਥਾਨ ਹੈ, ਸਾਰੀਆਂ ਸੰਗਤਾਂ ਜ਼ਿਆਦਾ ਉੱਥੇ ਹੀ ਇਕੱਠੀਆਂ ਹੁੰਦੀਆਂ ਨੇ। ਬਾਕੀ ਅਸੀਂ ਗਿਆਨੀ ਸਾਹਿਬ ਨਾਲ ਗੱਲ ਕਰਨੇ ਹਾਂ ਅਤੇ ਉਹ ਸਾਨੂੰ ਪੂਰਾ ਇਤਿਹਾਸ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗਿਆਨੀ ਜੀ, ਤੁਹਾਨੂੰ ਅਸੀਂ ਜੀਆਂ ਨੂੰ ਕਹਿੰਦੇ ਹਾਂ। ਇੱਕ ਤਾਂ 550th ਗੁਰੂ ਨਾਨਕ ਜੀ ਦੇ ਆਗਮਨ ਪੂਰਬ ਦੀ ਪਹਿਲੇ ਤਾਂ ਤੁਸੀਂ ਵਧਾਈ ਦਿਓ ਪੂਰੀਆਂ ਸੰਗਤਾਂ ਨੂੰ, ਫਿਰ ਉਸ ਤੋਂ ਬਾਅਦ ਹਿਸਟਰੀ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਜਗਤ ਖਾਲਸਾ, ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਆਉਣ ਵਾਲੇ 550 ਸਾਲਾਂ ਦੇ ਗੁਰਪੁਰਬ ਦਾ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਇਹ ਗੁਰਦੁਆਰਾ ਪੰਜਵੀਂ ਪਾਤਸ਼ਾਹੀ ਅਤੇ ਛੇਵੀਂ ਪਾਤਸ਼ਾਹੀ ਹੈ। ਇੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਆ ਰਹੇ ਸਨ ਅਤੇ ਇੱਥੇ ਠਹਿਰੇ ਸਨ, ਅਤੇ ਜ਼ਿਆਦਾ ਸੰਗਤਾਂ ਇੱਥੇ ਨਹੀਂ ਹੁੰਦੀ ਕਿਉਂਕਿ ਸ਼ਹਿਰ ਦੇ ਵਿੱਚ ਹੈ ਜ਼ਿਆਦਾ ਸੰਗਤਾਂ। ਉੱਥੇ ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਬਾਲੀਲਾ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਸਾਹਿਬ, ਉੱਥੇ ਸਾਰੀਆਂ ਸੰਗਤਾਂ ਇਕੱਤਰ ਹੁੰਦੀਆਂ ਹਨ। ਸੋ ਬਾਬਾ ਜੀ, ਉਹ ਸਾਨੂੰ ਤੁਸੀਂ ਉਹ ਦੱਸੋ, ਉਹਨਾਂ ਚੀਜ਼ਾਂ ਦੇ ਬਾਰੇ 'ਚ ਵੀ ਸਾਨੂੰ ਜਗ੍ਹਾ ਦਿਖਾਓ ਜਿੱਥੇ ਕਿ ਗੁਰੂ ਮਹਾਰਾਜ ਨੇ ਜਿਸ ਲੱਕੜ ਨਾਲ ਆਪਣਾ ਆ ਕੇ ਦਰਖਤ ਦੇ ਨਾਲ ਘੋੜਾ ਬੰਨਿਆ ਸੀ, ਉਸ ਜਗ੍ਹਾ ਦੇ ਉੱਤੇ ਉਹ ਮੁੱਢੀ ਜਿਹੜੀ ਪਈ ਹੋਈ ਹੈ, ਆਓ ਸਾਨੂੰ ਲੈ ਚਲੋ ਉੱਤੇ। ਅਸੀਂ ਅੱਜ ਤੁਹਾਨੂੰ ਦੱਸ ਰਹੇ ਹਾਂ ਕਿ ਨਨਕਾਣਾ ਸਾਹਿਬ ਪੂਰੀ ਜਗਤ ਸੰਗਤ ਵਾਸਤੇ, 12 ਕਰੋੜ ਨਾਨਕ ਨਾਮ ਲੇਵਾ ਵਾਸਤੇ ਕਿਉਂ ਇੰਪੋਰਟੈਂਟ ਸ਼ਹਿਰ ਹੈ, ਇਸ ਸ਼ਹਿਰ ਦੀ ਅਹਿਮੀਅਤ ਕੀ ਹੈ, ਅਸੀਂ ਉਹ ਉਜਾਗਰ ਕਰ ਰਹੇ ਹਾਂ। ਔਰ ਆਪਣੇ ਪਾਕਿਸਤਾਨ ਹੈਰੀਟੇਜ ਕਲੱਬ ਔਰ ਕ੍ਰਾਸ ਰੂਟ ਦੀਆਂ ਟੀਮਾਂ ਨੂੰ ਦੀ ਰਾਹੀਂ ਅਸੀਂ ਇਹ ਦੱਸਾਂਗੇ, ਫੋਟੋਗ੍ਰਾਫ ਸ਼ੇਅਰ ਕਰਾਂਗੇ ਔਰ ਜਗਤ ਸੰਗਤ ਨਾਲ ਸ਼ੇਅਰ ਕਰਾਂਗੇ। ਫਿਰ ਹਾਂਜੀ ਜੀ, ਬੋਲ ਕੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਦਰਖਤ ਦਾ ਹਿੱਸਾ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਘੋੜੇ ਬੰਨਦੇ ਰਹੇ ਔਰ ਇੱਥੋਂ ਗੁਰਦੁਆਰੇ ਜਾ ਕੇ ਮੱਥੇ ਟੇਕਦੇ ਰਹੇ, ਦਰਸ਼ਨਾਂ ਕਰਦੇ ਰਹੇ। ਇਹ ਉਹ ਜਨ ਦਾ ਦਰਖਤ ਹਿੱਸਾ ਹੈ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਅਤੇ ਗੁਰਪਿਆਰੀ ਸੰਗਤ ਜੀ, ਦਰਸ਼ਨ ਕਰੋ, ਠੀਕ ਹੈ ਜੀ, ਉਹ ਪੀਸ ਹੈ। ਔਰ ਹਾਂਜੀ ਜੀ, ਲੇਕਿਨ ਸਾਡੀ ਰਿਕੁਐਸਟ ਸੀਗੀ ਨਿਊਜ਼ੀਲੈਂਡ ਦੀ ਸੰਗਤ ਵੱਲੋਂ ਕਿ ਤੁਸੀਂ ਨਿਊਜ਼ੀਲੈਂਡ ਵਾਲੇ ਪੇਜ ਤੋਂ ਕਰੋ ਤਾਂ ਕਿ ਸੰਗਤ ਜਿਹੜੀ ਹੈ ਉੱਥੇ ਵੀ ਜ਼ਿਆਦਾ ਤੋਂ ਜ਼ਿਆਦਾ ਆ ਸਕੇ। ਅਤੇ ਕੋਈ ਨਹੀਂ ਜੀ, ਆਪਾਂ ਸ਼ੇਅਰ ਕਰਦੇ ਹਾਂ, ਬਿਲਕੁਲ ਤੁਹਾਡੀ ਗੱਲ ਬਜਾਏ, ਇਹ ਚੀਜ਼ ਤਾਂ ਮੈਂ ਵੀ ਦੇਖਣਾ ਵਾਂ। ਔਰ ਕੋਈ ਵੀ ਬੰਦਾ, ਜਦੋਂ ਮੈਂ ਵੀ ਸ਼ੁਰੂ ਹੋਇਆ ਸੀ ਤਾਂ ਮੇਰੇ ਨਾਲ ਵੀ 2, 4, 8, 10 ਬੰਦੇ ਜੁੜਦੇ ਸੀ। ਅਗਰ ਅੱਜ ਪੇਜ ਦੇ ਉੱਤੇ ਥੋੜ੍ਹੇ ਬੰਦੇ ਨੇ ਤਾਂ ਕੋਈ ਗੱਲ ਨਹੀਂ, ਕੱਲ੍ਹ ਨੂੰ ਇਸ ਪੇਜ 'ਤੇ ਬੰਦੇ ਜ਼ਿਆਦਾ ਵੀ ਹੋਣਗੇ। ਔਰ ਦੇਖੋ, ਇਹ ਜਜ਼ਬਾ ਦੇਖੋ ਉਹਨਾਂ ਦਾ, ਕਿ ਥੋੜ੍ਹੀ ਸੰਗਤ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਤੁਸੀਂ ਸਾਡੇ ਪੇਜ ਤੋਂ ਦਿਖਾਓ ਤਾਂ ਕਿ ਸੰਗਤ ਜਿਹੜੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਇੱਥੇ ਇਕੱਠੀ ਹੋ ਸਕੇ, ਕਿਉਂਕਿ ਜ਼ਿਆਦਾ ਸ਼ੇਅਰਿੰਗ ਪਰੋਂ ਔਰ
ओवरलोडिंग हो गई है ज़्यादा वीडियोज़ की, इस वास्ते फेसबुक ने शेयरिंग की ऑप्शन जी साडे पेज की फिलहाल बंद की है। गुरुद्वारा श्री पंजवीं पातशाही हाँ जी जी, तुसी दर्शन कर रहे हो गुरुद्वारा श्री पंजवीं पातशाही ननकाणा साहब विचे बाबा गुरु नानक साहिब के चरण छूट धरती देते जो भी गुरु साहिब आते रहे तो वो आके जिस जगह पर डेरा लाते सी उस जगह देते ही जड़ा है वो गुरुद्वारा साहिब बना दिता जाता सी जी। ठीक है जी, आ तुसी देख रहे हो साडे बच्चे छोटे छोटे भी आए हुए ने। हाँ जी जी वीर जी, कोई गल नहीं, परेशानी की लोड़ नहीं है। देखो जदों भी असी ज़्यादा मैसेज शेयर करने हैं तो फेसबुक कोई ना कोई प्रॉब्लम क्रिएट करती है, सो वो तो परेशान नहीं होना, मैं भी नहीं हो रहा, कोई गल नहीं, आपां करांगे, बादों शेयर कर देवांगे। ये मैसेज जिहड़ा रुकना नहीं चाहिए, वधेगा इंशाला। और पीस का मिशन है, अमन का मिशन है, भाईचारे का मिशन है, सिख मुस्लिम फ्रेंडशिप मिशन का यह हिस्सा है, क्योंकि कुछ संगत चाह रही ने कि इन चीज़ों हाईलाइट किया जाए, और कुछ लोग शरारत कर रहे हैं और शरारत करके जड़ा वो इस मिशन को ख़राब करने की कोशिश कर रहे हैं। वो तुहानू नज़र आ रहा है कि किस किस तरीके शरारत कीतियां जा रही ने पाकिस्तान बारे, ताकि ये जड़ा है काम खराब होवे। लेकिन इंशाल्लाह रब ने चाहिया तो चीज़ा खराब नहीं होनगियां, ठीक होनगियां और अगे वधनगियां। गुरुद्वारा श्री छेवीं पातशाही, ठीक है जी, गुरुद्वारा श्री पंजवीं पातशाही, ये गुरुद्वारा जड़ा गुरु अर्जन देव जी दे नाल जुड़िया होया है। और इधर गुरु हरगोबिंद साहब का गुरुद्वारा है, जिन्हों के गुरुद्वारा छेवीं पातशाही कहा जाता है। बहुत प्यारी पुरानी मार्बल की बनी हुई पालकी है जी, वो मौजूद है। लेकिन जिस तरह के तुम दसाया कि सारे गुरु घर प्रकाश जड़ा है वो इस वास्ते नहीं है, क्योंकि संगत जी है अच्छा 550 साल के उत्ते प्रकाश होएगा जी। ये पालकी जी प्री पार्टीशन है, मार्बल जरा दस रहा था, बहुत ही जबरदस्त पालकी है जी, पुरानी पालकी जिन्होंने कहा जाता है वो है। और उस तरह ही आर्कीटेक्चर बहुत सोहना है, ये उत्ते ही तुम असी लकड़ वाला जो पीस है जिते कि गुरु साहब घोड़ा बनते रहे जिस वण के दरखत के नो पीस जो उत्ते दिखा के लिया है, ये ग्राउंड फ्लोर है जी। हुण तुहानू समझ आ रही होएगी कि पाकिस्तान की यह पावन जिहड़ी धरती है जिन्हों के ननकाणा साहब कहा जाता है, कि साड़ी डिमांड है गवर्नमेंट तो कि इनू सिख होली श्राइन्स के नाम तो जिहड़ा जोड़िया जाए और इनू हैरीटेज सिटी दे विच जिहड़ा कन्वर्ट किया जाए। साड़ी रिक्वेस्ट है तमाम संगतां जिहड़ियां ने इस मैसेज नू अगे वधाउण और इस शहर नू जिहड़ा हैरीटेज सिख हैरीटेज के हवाले नाल जिहड़ा वो पूरी दुनिया के उत्ते रजिस्टर्ड करवाओ। असी भी कोशिश करांगे, तुसी भी कोशिश करो। तुसी ये सारी एफर्ट देख रहे हो रेडियो साढ़े आला 87.8 FM रेडियो तो, साढ़े आला ऑकलैंड न्यूजीलैंड तो लाइव देख रहे हो। रब रखा जी, फिर हाजिर होंने गुरुद्वारा श्री पट्टी साहिब तो, गुरुद्वारा श्री बाल लीला साहिब तो, हले साढ़े दो गुरुद्वारे बाकी ने। रब रखा जी।